भारतीय विद्या भवन अमृतसर केंद्र दे वल्लों न्यू अमृतसर बी ब्लॉक भाई गुरदास जी नगर विच एक ओल्ड एज होम बनाया गया है जिथे ऐतवार नूं एक सन्मान समारोह किया गया जिस विच अमृतसर IMA दे नवे बने प्रधान डॉक्टर ओम प्रकाश सिंघानिया उचेचे तौर पर पुजे हुए सी। डॉक्टर सिंघानिया ने जिथे नवे बने ओल्ड एज होम का दौरा किया उत्थे ही उसकी शलाघा भी की। समूह मैंबर दे वल्लों डॉक्टर ओम प्रकाश सिंघानिया नूं IMA दे प्रधान बनन उत्ते सम्मानित भी किया गया। डॉक्टर सिंघानिया ने बोलदिया कहा कि समाज नूं इसे तरह काम करन दी बड़ी ही लोड़ है। जो बच्चे अपने माँ बाप नूं घरों कढ दिंदे हन इह घर उहनां वास्ते ही बनाया गया है। IMA दे प्रधान बनन ते उहनां ने कहा कि समाज विच डॉक्टरां दा बड़ा ही वड्डा रोल है अते लोग डॉक्टरां नूं रब दा दूजा रूप मानदे हन। उत्थे ही डॉक्टरां नूं अपनी ड्यूटी ते वध काम करन दी सलाह भी दित्ती ताकि देश च गरीब वर्ग दे लोकां दा भला हो सके। इस मौके ते डॉक्टर OP शर्मा, अविनाश महेंद्रू, अनिल सिंगल, डॉक्टर अनीता भल्ला, डॉक्टर PS ग्रोवर अते शहर दे कई नामी डॉक्टर मौजूद सन अते आए हुए सारे अतिथियों नूं सम्मानित किया गया। अमृतसर तो मनदीप सिंह की रिपोर्ट। असी इत्थे जिहड़ा भवन आश्रय बनाया दिस इज़ ए होम फॉर सीनियर सिटीजनस दोज सीनियर सिटीजन जिहड़े कि वैल टू डे ने जिन्होंने अपने जीवन विच बड़े अच्छा अच्छा जीवन जिया है वैल टू डू ने पैसे भी खर्च कर सकते हैं उन्होंने वास्ते हैगा है और बड़ी अच्छी फैसिलिटीज दी हुई है देख के पता चलेगा कि कुछ हैगा नाल जिहड़ी रोज़ पंगूड़े च बेटी आ गई वो अमृतसर च कोई इंतजाम नहीं सीगा उन्होंने बेटियां रखन दा उहदा भी इंतजाम किया गया और नाल एक जिहड़े मेंटली चैलेंज बच्चे है उन्होंने वोकेशनल ट्रेनिंग सेंटर पंजाब च कोई नहीं है ठीक तरह नाल वो एक सेंटर बनाया गया एक भवन आश्रय सेवा का केंद्र है अपना और हुण ओकेजन अज ये है कि डॉक्टर OP सुमानिया बड़े सीनियर डॉक्टर ने रीसेंटली IMA के प्रेजिडेंट चुने गए हैं ਸਾਡੇ ਮਿੱਤਰ ਨੇ ਕਾਫੀ ਸੇਵਾ ਦੇ ਕਾਰਜ ਕਰਦੇ ਰਹੇ ਨੇ ਸਾਡੀ ਕਾਫੀ ਐਸੋਸੀਏਸ਼ਨ ਹੈ ਤੋ ਅਸੀਂ ਸੋਚਿਆ ਕਿ ਅਸੀਂ ਇਹਨਾਂ ਨੂੰ ਆਨਰ ਕਰੀਏ ਕਿ ਨਵੇਂ ਪ੍ਰੈਜ਼ੀਡੈਂਟ ਚੁਣੇ ਨੇ ਅਗਲੇ ਸਾਰਿਆਂ ਨੇ ਚਾਰਜ ਲੈਣਾ ਇਸ ਪ੍ਰੈਜ਼ੀਡੈਂਟ ਦਾ ਤੋ ਉਹਨਾਂ ਨੇ ਫਿਰ ਆਪਣੇ ਨਾਲ ਸਾਰੇ ਡਾਕਟਰਸ ਬੁਲਾਏ ਨੇ ਉਹ ਉਹਨਾਂ ਨੂੰ ਥੋੜ੍ਹਾ ਸਨਮਾਨਿਤ ਕਰਾਂਗੇ ਅਤੇ ਨਾਲ ਉਹਨਾਂ ਨੂੰ ਅਸੀਂ ਇਹ ਆਸ਼ਰੇ ਵਿਜ਼ਿਟ ਕਰਾਂਗਾ ਕਿ ਇੱਕ ਵਾਰੀ ਆ ਕੇ ਇੱਕ ਵਾਰੀ ਆਸ਼ਰੇ ਵਿਜ਼ਿਟ ਕਰਨ ਇਹ ਮੈਂ ਨਹੀਂ ਕਹਿੰਦਾ ਕਿ ਹਿੰਦੁਸਤਾਨ 'ਚ ਇਹੋ ਜਿਹਾ ਕੋਈ ਪ੍ਰੋਜੈਕਟ ਨਹੀਂ ਹੈਗਾ ਪਰ ਪੰਜਾਬ ਵਿੱਚ ਤਾਂ ਕਮ ਸੇ ਕਮ ਨਹੀਂ ਹੈਗਾ ਕਿ ਜੋ ਸੀਨੀਅਰ ਸਿਟੀਜ਼ਨ ਦਾ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਔਰ ਜੋ ਹੈ ਬੱਚੀਆਂ ਦਾ ਇੰਤਜ਼ਾਮ ਕੀਤਾ ਗਿਆ ਬੱਚੀਆਂ ਵੀ ਇਸ ਚੜੀਆਂ 'ਚ ਏਅਰ ਕੰਡੀਸ਼ਨ ਕਰਦੀਆਂ ਵੇਨ ਜਿਹੜੀਆਂ ਭੰਗੜੇ ਵਿੱਚ ਆਉਂਦੀਆਂ ਔਰ ਇਸ ਤਰ੍ਹਾਂ ਹੀ ਜਿਹੜੇ ਬੈਂਕ ਚੱਲੇ ਬੱਚਿਆਂ ਦਾ ਟ੍ਰੇਨਿੰਗ ਸੈਂਟਰ ਪਹਿਲੇ ਸਰ ਆਪਣਾ ਨਾਮ ਦੱਸ ਮੇਰਾ ਨਾਮ ਹੈ ਡਾਕਟਰ OP ਸਿੰਘਾਨੀਆ ਮੈਂ IMA ਸਿਲੈਕਟ ਹੋਇਆ ਫੋਰ ਈਅਰ 2023 ਆਈ ਵਿਲ ਬੀ ਪ੍ਰੈਜੀਡੈਂਟ 23 ਦੇ ਜਨਵਰੀ ਤੋਂ ਸ਼ੁਰੂ ਹੋਏਗਾ ਇਸ ਸਾਲ ਨਹੀਂ ਨੈਕਸਟ ਈਅਰ ਦੇਖੋ ਸਭ ਤੋਂ ਪਹਿਲਾਂ ਪ੍ਰਾਇਰਟੀਜ਼ ਹੁੰਦੀ ਹੈ ਜੋ ਕਿ ਅਸੀਂ ਡਾਕਟਰ ਹੈਗੇ ਹਾਂ ਸਾਨੂੰ ਸਭ ਤੋਂ ਪਹਿਲੀ ਗੱਲ ਹੈ ਕਿ ਸਾਨੂੰ ਆਪਣਾ ਕੰਮ ਆਉਣਾ ਚਾਹੀਦਾ ਉਹਦੇ ਵਾਸਤੇ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਮੈਂ ਕੁਝ ਐਸੀ ਮੀਟਿੰਗਸ ਕਰਾਵਾਂਗਾ CMEs ਕਾਨਫਰੰਸਿਸ ਅਤੇ ਵਰਕਸ਼ਾਪਸ ਜਿਹਦੇ ਨਾਲ ਕਿ ਲੋਕਾਂ ਦਾ ਡਾਕਟਰਾਂ ਦਾ ਰੁਝਾਨ ਵਧੇ ਪੜ੍ਹਾਈ ਵੱਲ ਔਰ ਅਕੈਡਮਿਕ ਜ਼ਿਆਦਾ ਵਧੀਆ ਹੋਵੇ ਦੂਸਰੀ ਗੱਲ ਸੀ ਮੈਂ ਚਾਹੁੰਦਾ ਕਿ ਸਾਡੇ ਜਿੰਨੇ ਵੀ ਡਾਕਟਰ ਹੈ ਸਾਰੇ ਅੰਮ੍ਰਿਤਸਰ 'ਚ ਉਹ ਇੱਕ ਦੂਜੇ ਨੂੰ ਸਹਿਯੋਗ ਕਰਨ ਕਿਸੇ ਨੂੰ ਡਿਸਟੈਂਸ ਕਾਲ ਹੈ ਅਗਰ ਡਾਕਟਰ ਨੂੰ ਕੋਈ ਵੀ ਪ੍ਰੋਬਲਮ ਹੈ ਤਾਂ ਸਾਰੇ ਡਾਕਟਰ ਉਹਦੀ ਮਦਦ ਕਰਨ ਰਾਦਰ ਦੈਨ ਕਿ ਉਹਦੀ ਬਦਕੋਈ ਕਰਨ ਹੋਰ ਮੈਂ ਚਾਹਾਂਗਾ ਕਿ ਸਾਡੀ ਜਿਹੜੀ IMA ਹੈ ਉਹ ਲੋਕਾਂ ਦੇ ਨਾਲ ਪਬਲਿਕ ਦੇ ਵਿੱਚ ਵੀ ਭਲਾ ਕਰੇ ਕੋਈ ਗਵਰਨਮੈਂਟ ਦੇ ਪ੍ਰੋਗਰਾਮ ਹੈ ਜਿੱਦਾਂ ਇਮਿਊਨਾਈਜੇਸ਼ਨ ਹੈ ਜਾਂ ਕੋਈ ਪ੍ਰੋਗਰਾਮ ਆ ਜਾਂਦਾ ਜਿੱਦਾਂ ਕਰੋਨਾ ਆ ਗਿਆ ਉਹਦੇ ਵਿੱਚ ਅਸੀਂ ਗਵਰਨਮੈਂਟ ਦੇ ਨਾਲ ਪੂਰੀ ਮਦਦ ਕਰਨਾ ਚਾਹਾਂਗੇ ਔਰ ਪਬਲਿਕ ਦੇ ਨਾਲ ਔਰ ਪੁਲਿਸ ਨਾਲ ਔਰ ਪੋਲੀਟੀਸ਼ੀਅਨ ਨਾਲ ਮਿਲ ਕੇ ਅਸੀਂ ਲੋਕ ਪੂਰਾ ਸਹਿਯੋਗ ਦੇਵਾਂਗੇ ਔਰ ਪਬਲਿਕ ਹੈਲਥ ਵਾਸਤੇ ਵੀ ਸਾਰਾ ਕੰਮ ਕਰਾਂਗੇ ਜੀ ਦੇਖੋ ਐਸਾ ਸੀ ਵੀ ਅੱਗੇ ਲੋਕ ਯੂਨੈਨੀਮਸ ਚੁਣ ਲੈਂਦੇ ਸੀਗੇ ਐਤਕੀ ਕੁਛ ਲੋਕਾਂ ਨੇ ਕਿਹਾ ਨਹੀਂ ਜੀ ਇਲੈਕਸ਼ਨ ਹੋਣਾ ਚਾਹੀਦਾ ਉਹਨਾਂ ਨੂੰ ਓਪੋਜਿਟ ਪਾਰਟੀ ਨੂੰ ਮੈਂ ਕਿਹਾ ਵੀ ਕਿ ਭਾਈ ਦੇਖੋ ਐਤਕੀ ਮੈਂ ਬਣ ਜਾਣਾ ਅਗਲੀ ਵਾਰ ਤੁਸੀਂ ਬਣ ਜਾਣਾ ਕਿਉਂਕਿ ਮੈਂ ਬੜਾ ਸੀਨੀਅਰ ਹਾਂ 46 ਸਾਲ ਹੋ ਗਏ ਮੈਨੂੰ IMA ਦੀ ਸਰਵਿਸ ਕਰਦੇ ਅਤੇ ਉਹ ਜਿਹੜਾ ਦੂਸਰੇ ਬੰਦੇ ਸੀ ਉਹ 5-7 ਸਾਲ ਪਹਿਲਾਂ ਹੀ ਆਇਆ ਸੀ ਬੇਟਾ ਉਹ ਬੰਦੇ ਤੋਂ 17-18 ਸਾਲ ਛੋਟਾ ਸੀ ਅਤੇ ਉਹਨੂੰ ਨੈਕਸਟ ਟਾਈਮ ਨਾ ਉਹ ਕਹਿੰਦਾ ਨਹੀਂ ਜੀ ਮੈਂ ਇਲੈਕਸ਼ਨ ਕਰਾਉਣਾ ਮੈਂ ਕਿਹਾ ਠੀਕ ਹੈ ਬੇਟੇ ਫਿਰ ਇਲੈਕਸ਼ਨ ਕਰਾ ਲਓ ਉਹਦੀ ਦਿੱਕਤ ਕੀ ਹੈ ਅਸੀਂ ਤਾਂ ਲੋਕ ਇੰਨੀ ਗੁੱਡਵਿਲ ਹੈ ਸਾਡੀ ਇੰਨੀ ਪੁਰਾਣੀ ਇੰਨੇ ਲੋਕਾਂ ਦੀ ਵਾਕਫਿਤ ਹੈ ਇੰਨੀ ਸੇਵਾ ਕੀਤੀ ਹੈ ਲੋਕਾਂ ਦੀ ਹਸਪਤਾਲਾਂ ਦੀ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ 22 ਵੋਟ ਤਾਂ ਮੇਰੇ ਹੋ ਗਏ ਜਿਹੜੇ ਕਿ ਸੀ ਇਨਵੈਲਿਡ ਹੋ ਗਏ 22 ਵੋਟਸ ਮਾਰਜਨ ਦੇਖੋ ਅੱਜ ਨਾ ਲੁਧਿਆਣਾ 'ਚ ਬੜੀ ਵੱਡੀ ਮੀਟਿੰਗ ਹੈ ਮੇਰੇ 8-10 ਡਾਕਟਰ ਜਿਹੜੇ ਇੱਥੇ ਆਉਣੇ ਸੀ ਨਾ ਸੀਨੀਅਰ ਡਾਕਟਰ ਅਮਰੀਕ ਸਿੰਘ ਡਾਕਟਰ ਕੁਲਦੀਪ ਸਿੰਘ ਡਾਕਟਰ ਰਵਿੰਦਰ ਸੇਠੀ ਸਾਰੇ ਹੀ ਲੁਧਿਆਣੇ ਗਏ ਆ ਉੱਥੇ ਇੱਕ ਬੜੀ ਵੱਡੀ ਮੀਟਿੰਗ ਹੋ ਰਹੀ ਹੈ ਜਿਸ 'ਚ ਐਸੇ ਕਰਨ ਦਾ ਫੈਸਲਾ ਹੋ ਰਿਹਾ ਕਿ ਆਯੁਸ਼ਮਾਨ ਦੀ ਸਕੀਮ ਜਿਹੜੇ ਪੈਸੇ ਲੋਕਾਂ ਦੇ ਨਹੀਂ ਮਿਲ ਰਹੇ ਉਹ ਮਿਲਣ ਤਾਂ ਕਿ ਆਯੁਸ਼ਮਾਨ ਸਕੀਮ ਸਹੀ ਚੱਲੇ ਅੱਜ ਇਹਨਾਂ ਨੇ ਜਿਹੜੇ ਨਾ ਆਪਣੇ SL ਭਵਨ ਵਾਲੇ ਉਹਨਾਂ ਨੇ ਕੀ ਕੀਤਾ ਸੀ ਕਿ ਮੈਨੂੰ 15 ਦਿਨ ਪਹਿਲਾਂ ਕਿਹਾ ਸੀ ਡਾਕਟਰ ਸਾਹਿਬ ਤੁਸੀਂ IMA ਦੇ ਪ੍ਰੈਜ਼ੀਡੈਂਟ ਬਣਿਓ ਤੁਹਾਨੂੰ ਸਨਮਾਨਿਤ ਕਰਨਾ ਚਾਹੁੰਦੇ ਹਾਂ ਅਤੇ ਮੈਂ ਕਿਹਾ ਯਾਰ ਮੈਂ ਬੜਾ ਚਲੋ ਬੰਦਾ ਖੁਸ਼ ਹੁੰਦਾ
जो कोई ऑनर मिले तो बंद खुश तो होना ही चाहिए। तो मेरे मन च आया कि देखो ये अपने मिंदरू जी है, इन्होंने एडा वड्डा जगह बनाई है, पहले इन्हों का सम्मान पहला होना चाहिए साडा बाद च। पर चलो जे पब्लिक जे कोई बंदा करता तो सम्मान करना, तो उन्होंने बंदे ऑनर करना चाहिए, खुशी खुशी एक्सैप्ट करना चाहिए।